ਸਵਾਲ ਜੀ ਅੱਜ ਲੱਡੂ ਬੰਦੇ ਆ ਕੀ ਕਾਰਨ ਲੱਡੂ ਬੰਦੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਜਦੋਂ ਸੱਤਾ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅੱਛੇ ਦਿਨ ਆਉਗੇ ਤੇ ਕੱਲੇ ਕੱਲੇ ਬੰਦੇ ਦਾ ਜਿਹੜਾ ਭਲਾ ਕੀਤਾ ਜਾਊਗਾ ਅੱਜ ਅੱਛੇ ਦਿਨ ਆ ਗਏ ਆ 100 ਰੁਪਏ ਲੀਟਰ ਪੈਟਰੋਲ ਹੋ ਗਿਆ ਆ ਇਹਦੇ ਤੋਂ ਵੱਧ ਕੇ ਹੋਰ ਕੋਈ ਖੁਸ਼ੀ ਦਾ ਦਿਨ ਨਹੀਂ ਹੋ ਸਕਦਾ ਤੇ ਆਪਾਂ ਅੱਜ ਲੱਡੂ ਵੰਡ ਕੇ ਇਹ ਅੱਜ ਖੁਸ਼ੀ ਦਾ ਇਜ਼ਹਾਰ ਕੀਤਾ ਆ ਤਾਂ ਕਿ ਜਿਹੜੇ ਗਰੀਬਾਂ ਨੂੰ ਮਾਣਨੇ ਲਈ ਸੈਂਟਰ ਸਰਕਾਰ ਨੇ ਪੂਰੀ ਤਰ੍ਹਾਂ ਯਤਨ ਲੱਭ ਲਏ ਆ ਕਿ ਲੋਕਾਂ ਤੋਂ ਕਿਸੇ ਨਾ ਕਿਸੇ ਤਰੀਕੇ ਪੈਸੇ ਕਢਾਏ ਜਾਣ ਤੇ ਹੁਣ ਆ ਜਿਹੜੇ ਪੈਸੇ ਆ ਇਹ ਪੈਟਰੋਲ ਤੇ ਡੀਜ਼ਲ ਤੇ ਸਿਲੰਡਰ ਦੇ ਦੁਆਰਾ ਗਰੀਬਾਂ ਤੋਂ ਤੇ ਖੋਏ ਜਾਊਗੇ ਜੀ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਪੰਜਾਬ ਦੀ ਸਰਕਾਰ ਦਾ ਕਸੂਰ ਹੈ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਸੈਂਟਰ ਦਾ ਕਸੂਰ ਹੈ ਕਿਹਨੂੰ ਮੰਨਦੇ ਹੋ ਕਸੂਰ ਵਾਲੇ ਇਹ ਦੋਨੇ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਆ ਇਹਨਾਂ ਨੇ ਪਹਿਲਾਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਰਹੀ ਆ ਹੁਣ ਉਹ ਪੰਜਾਬ ਦੇ ਵਿੱਚ ਆ ਅਕਾਲੀਆਂ ਦੀ ਤੇ ਬੀਜੇਪੀ ਦੀ ਸਰਕਾਰ 10 ਸਾਲ ਪੰਜਾਬ ਦੇ ਵਿੱਚ ਰਹੀ ਇਹ ਦੋਨੇ ਹੀ ਆਪਸ ਵਿੱਚ ਆ ਪਹਿਲਾਂ ਤੇਰੀ ਵਾਰੀ ਫਿਰ ਮੇਰੀ ਵਾਰੀ ਇਹਨਾਂ ਨੇ ਵਾਰੀਆਂ ਕੀਤੀਆਂ ਆ ਕਿ ਤੁਸੀਂ ਜਨਤਾ ਨੂੰ ਅਸੀਂ ਕਿਸੇ ਹੋਰ ਪਾਰਟੀ ਨੂੰ ਅੱਗੇ ਨਹੀਂ ਆਉਣ ਦੇਣਾ ਅਸੀਂ ਜਨਤਾ ਨੂੰ ਮਾਣਨ ਲਈ ਪੂਰੇ ਪੂਰੇ ਯਤਨ ਕਰ ਲੈਣੇ ਆ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਜਦੋਂ ਵੱਡੇ ਕਾਰੋਬਾਰੀ ਸੀ ਰਾਮਦੇਵ ਲਾਲੋ ਉਦੋਂ ਤੇਲ ਵਧੇ ਤੇ ਜੋ 60 ਰੁਪਏ ਤੇਲ ਸੀਗਾ ਪ੍ਰੋਟੈਸਟ ਕਰਦੇ ਸੀ ਕੀ ਲੱਗਦਾ ਹੁਣ ਕਿਉਂ ਨਹੀਂ ਅੱਗੇ ਆ ਰਹੇ ਦੇਖੋ ਮੋਦੀ ਸਰਕਾਰ ਨੇ ਇੱਕ ਪਲਾਨ ਲਗਾਇਆ ਕਿ ਜਿਹੜੀ ਕਾਰਪੋਰੇਟਿਵ ਘਰਾਣੇ ਆ ਉਹਨਾਂ ਨੂੰ ਹੀ ਕਾਮਯਾਬ ਕਰਨਾ ਹੈ ਜਿਹੜੇ ਛੋਟੇ ਦੁਕਾਨਦਾਰ ਆ ਚਾਹੇ ਉਹ ਕਰਿਆਨੇ ਦੀ ਦੁਕਾਨਾਂ ਹੋਣ ਚਾਹੇ ਕੋਈ ਹੋਰ ਛੋਟੇ ਦੁਕਾਨਦਾਰ ਆ ਉਹ ਬਿਲਕੁਲ ਆਪਣੀਆਂ ਦੁਕਾਨਾਂ ਬੰਦ ਕਰ ਦੇਣ ਕਿਉਂਕਿ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਮਾਲ ਬਣਾਏ ਜਾ ਰਹੇ ਆ ਤਾਂ ਕਿ ਕੋਈ ਵੀ ਬੰਦਾ ਛੋਟੀ ਦੁਕਾਨ 'ਤੇ ਜਾਵੇ ਹੀ ਨਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਅਕਸਰ ਪੰਜਾਬ ਦੇ ਵਿੱਚ ਜਦੋਂ ਕਿਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ ਉਦੋਂ ਲੱਡੂ ਵੰਡੇ ਜਾਂਦੇ ਨੇ ਅੱਜ ਤਸਵੀਰਾਂ 'ਚ ਤੁਸੀਂ ਦੇਖਿਆ ਲੱਡੂ ਵੰਡੇ ਗਏ ਨੇ ਆਮ ਆਦਮੀ ਪਾਰਟੀ ਦੇ ਵਰਕਰ ਜੁਝਾਰੂ ਵਰਕਰ ਜਸਵਾਲ ਸਿੰਘ ਚੇਚੀ ਉਹਨਾਂ ਤੋਂ ਵੀ ਪੁੱਛਦੇ ਹਾਂ ਕਿਉਂ ਵੰਡੇ ਗਏ ਜਸਵਾਲ ਜੀ ਅੱਜ ਲੱਡੂ ਵੰਡੇ ਆ ਕੀ ਕਾਰਨ ਲੱਡੂ ਵੰਡਣ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਜਦੋਂ ਸੱਤਾ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅੱਛੇ ਦਿਨ ਆਉਗੇ ਤੇ ਕੱਲੇ ਕੱਲੇ ਬੰਦੇ ਦਾ ਜਿਹੜਾ ਭਲਾ ਕੀਤਾ ਜਾਊਗਾ ਅੱਜ ਅੱਛੇ ਦਿਨ ਆ ਗਏ ਆ 100 ਰੁਪਏ ਲੀਟਰ ਪੈਟਰੋਲ ਹੋ ਗਿਆ ਆ ਇਹਦੇ ਤੋਂ ਵੱਧ ਕੇ ਹੋਰ ਕੋਈ ਖੁਸ਼ੀ ਦਾ ਦਿਨ ਨਹੀਂ ਹੋ ਸਕਦਾ ਤੇ ਆਪਾਂ ਅੱਜ ਲੱਡੂ ਵੰਡ ਕੇ ਇਹ ਅੱਜ ਖੁਸ਼ੀ ਦਾ ਇਜ਼ਹਾਰ ਕੀਤਾ ਆ ਤਾਂ ਕਿ ਜਿਹੜੇ ਗਰੀਬਾਂ ਨੂੰ ਮਾਣਨੇ ਲਈ ਸੈਂਟਰ ਸਰਕਾਰ ਨੇ ਪੂਰੀ ਤਰ੍ਹਾਂ ਯਤਨ ਲੱਭ ਲਏ ਆ ਕਿ ਲੋਕਾਂ ਤੋਂ ਕਿਸੇ ਨਾ ਕਿਸੇ ਤਰੀਕੇ ਪੈਸੇ ਕਢਾਏ ਜਾਣ ਤੇ ਹੁਣ ਆ ਜਿਹੜੇ ਪੈਸੇ ਆ ਇਹ ਪੈਟਰੋਲ ਤੇ ਡੀਜ਼ਲ ਤੇ ਸਿਲੰਡਰ ਦੇ ਦੁਆਰਾ ਗਰੀਬਾਂ ਤੋਂ ਤੇ ਖੋਏ ਜਾਊਗੇ ਹੁਣ ਜਸਵਾਲ ਜੀ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਪੰਜਾਬ ਦੀ ਸਰਕਾਰ ਦਾ ਕਸੂਰ ਹੈ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਸੈਂਟਰ ਦਾ ਕਸੂਰ ਹੈ ਕਿਹਨੂੰ ਮੰਨਦੇ ਹੋ ਕਸੂਰ ਵਾਲੇ ਦੇ ਵਿੱਚ ਇਹ ਦੋਨੇ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਆ ਇਹਨਾਂ ਨੇ ਪਹਿਲਾਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਰਹੀ ਆ ਹੁਣ ਉਹ ਪੰਜਾਬ ਦੇ ਵਿੱਚ ਆ ਅਕਾਲੀਆਂ ਦੀ ਤੇ ਬੀਜੇਪੀ ਦੀ ਸਰਕਾਰ 10 ਸਾਲ ਪੰਜਾਬ ਦੇ ਵਿੱਚ ਰਹੀ ਇਹ ਦੋਨੇ ਹੀ ਆਪਸ ਵਿੱਚ ਆ ਪਹਿਲਾਂ ਤੇਰੀ ਵਾਰੀ ਫਿਰ ਮੇਰੀ ਵਾਰੀ ਇਹਨਾਂ ਨੇ ਵਾਰੀਆਂ ਕੀਤੀਆਂ ਆ ਕਿ ਤੁਸੀਂ ਜਨਤਾ ਨੂੰ ਅਸੀਂ ਕਿਸੇ ਹੋਰ ਪਾਰਟੀ ਨੂੰ ਅੱਗੇ ਨਹੀਂ ਆਉਣ ਦੇਣਾ ਅਸੀਂ ਜਨਤਾ ਨੂੰ ਮਾਣਨ ਲਈ ਪੂਰੇ ਪੂਰੇ ਯਤਨ ਕਰ ਲੈਣੇ ਆ ਕਿ ਕਦੇ ਮੰਤਰੀਆਂ ਨੇ ਗਰੀਬਾਂ ਦੇ ਆਉਣ ਵਾਲੇ ਪੈਸੇ ਖਾ ਲੈਣੇ ਆ ਕਦੇ ਜਿਹੜੀਆਂ ਫਤਿਹ ਕਿੱਟਾਂ ਆ ਉਹਨਾਂ 'ਤੇ ਪੈਸੇ ਖਾ ਲੈਣੇ ਆ ਕਿ ਜਿਹੜਾ ਗਰੀਬ ਬੰਦਾ ਹੈ ਉਹਨੂੰ ਮਾਣਨ ਲਈ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਕੋਈ ਵੀ ਕਸਰ ਨਹੀਂ ਛੱਡੀ ਕਿ ਵੀ ਇਹਨਾਂ ਦੇ ਕੋਲ ਪਹਿਲੀ ਗੱਲ ਤਾਂ ਜਿੰਨੇ ਵੀ ਸਾਡੇ ਭਰਾ ਆ ਕਰੋਨਾ ਕਾਲ ਦੇ ਵਿੱਚ ਉਹਨਾਂ ਦੇ ਕੰਮ ਚਲੇ ਗਏ ਆ ਬਹੁਤ ਸਾਰੇ ਬੰਦਿਆਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਆ ਬੱਚਿਆਂ ਦੀ ਜਿਹੜੀ ਸਕੂਲਾਂ ਦੀਆਂ ਫੀਸਾਂ ਉਹ ਆਈ ਜਾ ਰਹੀਆਂ ਆ ਗਰੀਬ ਬੰਦੇ ਨੂੰ ਆਮ ਬੰਦੇ ਨੂੰ ਬਚਾਉਣ ਦੇ ਲਈ ਕੋਈ ਵੀ ਕੋਈ ਨਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਸਰਕਾਰਾਂ ਨੇ ਪੂਰੀ ਤਰ੍ਹਾਂ ਪਲਾਨ ਲਾ ਲਿਆ ਆ ਕਿ ਅਸੀਂ ਆਪਣੀ ਇਹਨਾਂ ਜਨਤਾ ਨੂੰ ਕਿਸ ਤਰੀਕੇ ਨਾਲ ਮਾਰੀਏ ਤਾਂ ਕਿ ਜਿਹੜੀ ਆ ਪਾਪੂਲੇਸ਼ਨ ਵੀ ਘਟੇ ਅਤੇ ਜਿਹੜੇ ਪੈਸੇ ਆ ਇਹ ਵੱਧ ਤੋਂ ਵੱਧ ਕਮਾਣੇ ਜੀ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਜਦੋਂ ਵੱਡੇ ਕਾਰੋਬਾਰੀ ਸੀ ਰਾਮਦੇਵ ਲਾਲੋ ਉਦੋਂ ਤੇਲ ਵਧੇ ਤੇ ਜੋ 60 ਰੁਪਏ ਤੇਲ ਸੀਗਾ ਪ੍ਰੋਟੈਸਟ ਕਰਦੇ ਸੀ ਕੀ ਲੱਗਦਾ ਹੁਣ ਕਿਉਂ ਨਹੀਂ ਅੱਗੇ ਆ ਰਹੇ ਦੇਖੋ ਮੋਦੀ ਸਰਕਾਰ ਨੇ ਇੱਕ ਪਲਾਨ ਲਗਾਇਆ ਕਿ ਜਿਹੜੀ ਕਾਰਪੋਰੇਟਿਵ ਘਰਾਣੇ ਆ ਉਹਨਾਂ ਨੂੰ ਹੀ ਕਾਮਯਾਬ ਕਰਨਾ ਹੈ ਜਿਹੜੇ ਛੋਟੇ ਦੁਕਾਨਦਾਰ ਆ ਚਾਹੇ ਉਹ ਕਰਿਆਨੇ ਦੀ ਦੁਕਾਨਾਂ ਹੋਣ ਚਾਹੇ ਕੋਈ ਹੋਰ ਛੋਟੇ ਦੁਕਾਨਦਾਰ ਆ ਉਹ ਬਿਲਕੁਲ ਆਪਣੀਆਂ ਦੁਕਾਨਾਂ ਬੰਦ ਕਰ ਦੇਣ ਕਿਉਂਕਿ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਮਾਲ ਬਣਾਏ ਜਾ ਰਹੇ ਆ ਤਾਂ ਕਿ ਕੋਈ ਵੀ ਬੰਦਾ ਛੋਟੀ ਦੁਕਾਨ 'ਤੇ ਜਾਵੇ ਹੀ ਨਾ ਠੀਕ ਹੈ ਜੀ ਉਹਦੇ ਤੋਂ ਬਾਅਦ ਜਿੰਨੇ ਵੀ ਟਰਾਂਸਪੋਰਟੇਸ਼ਨ ਦੇ ਜਿੰਨੇ ਵੀ ਸਾਧਨ ਆ ਸਾਰੇ ਪੈਟਰੋਲ ਦੁਆਰਾ ਚਲਾਏ ਜਾਂਦੇ ਆ ਠੀਕ ਹੈ ਜੀ ਹਰੇਕ ਬੰਦੇ ਦੇ ਬਹੁਤ ਸਾਰੇ ਲੋਕਾਂ ਦੇ ਕੰਮ ਆ ਜਿੰਨੇ ਵੀ ਕਾਰੋਬਾਰ ਆ ਉਹਦੇ ਨਾਲ ਟਰਾਂਸਪੋਰਟੇਸ਼ਨ ਦੇ ਨਾਲ ਹੀ ਹੈਗੇ ਆ ਜਿਹਦੇ ਵਿੱਚ ਸਾਡੇ ਟੈਕਸੀ ਡਰਾਈਵਰ ਲਾ ਲਓ ਨਿੱਜੀ ਬੱਸਾਂ ਮਿੰਨੀਆਂ ਬੱਸਾਂ ਵਾਲੇ ਲਾ ਲਓ ਉਹ ਤੋਂ ਬਾਅਦ ਜਿੰਨੇ ਵੀ ਸਾਡੇ ਖੇਤੀ ਦੇ ਜਿੰਨੇ ਵੀ ਸਾਡੇ ਸਾਧਨ ਆ ਉਹ ਸਾਰੇ ਹੀ ਜਿੰਨੇ ਵੀ ਸਾਡੇ ਖੇਤੀ ਦੇ ਸਾਧਨ ਆ ਸਾਰੇ ਡੀਜ਼ਲ ਦੁਆਰਾ ਚਲਾਏ ਜਾਂਦੇ ਆ ਹੁਣ ਜਿਹੜੇ ਜ਼ਿਮੀਂਦਾਰ ਭਰਾਵਾਂ ਨੇ 100-100 ਰੁਪਏ ਲੀਟਰ ਜਿਹੜਾ ਤੇਲ ਲੈਣਾ ਆ ਅਤੇ ਉਹ ਦੱਸੋ ਵੀ ਆਪਣੀ ਖੇਤੀ 'ਚ ਕੀ ਕਮਾਊਗੇ ਅਤੇ ਕੀ ਉਹ ਆਪਣਾ ਨਫਾ ਕਰੂਗੇ ਉਹਨਾਂ ਦਾ ਲਿਮਟਾਂ ਨੇ ਮਾਰਿਆ ਪਿਆ ਕਿ ਉਹਨਾਂ ਦੀ ਜਿਹੜੀ ਲਿਮਟਾਂ ਆ ਉਹਦਾ ਵਿਆਜ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
जसवाल चेची जी ने दसिया एक बार तस्वीरां दिखा देने द्वारा फिर तुहानू लड्डू वंडण तो बाद आम आदमी पार्टी के वर्करां वल्लों प्रोटेस्ट किया जा रहा है। नाल ही स्लोगन लिखे हुए हैं अच्छे दिन आ गए ने पेट्रोल 100 रुपए लीटर। ग्लोबल पंजाब का एक ही मकसद है कि हर वो खबर अपने दर्शकों तक पहुँचाई जाए जो दर्शकों नाल सीधा ताल्लुक रखती है। ग्लोबल पंजाब लई हुशियारपुर तो अमरीक कुमार। हुण तुसीं देख सकते हो ग्लोबल पंजाब टीवी नू डाउनलोड करो साडी ऐप एंड्रॉयड जा iOS ते फ्री विच रोकू अते Amazon Fire TV ते जा Apple TV ते नाल ही देख सकते हो लाइव स्ट्रीमिंग www.globalpunjabtv.com ते।